ਲੈਵੀ ਨਗਰ ਤੋਂ ਰਾਹੋਂ ਨੂੰ ਜਾਂਦੇ ਹੋਏ ਰਸਤੇ 'ਚ ਤੁਹਾਨੂੰ ਮਿਲੂਗਾ ਬਬਲੂ ਪੰਜ ਤਾਰਾ ਢਾਬਾ। ਬਬਲੂ ਪੰਜ ਤਾਰਾ ਢਾਬਾ ਯਾਨੀ ਕਿ ਬ੍ਰੇਕਫਾਸਟ, ਲੰਚ, ਡਿਨਰ ਇੱਥੇ ਤਿਆਰ ਮਿਲਦਾ ਹੈਗਾ ਵਾ, ਕਿਉਂਕਿ ਹੁਣ ਸ਼ਾਮ ਦਾ ਵਕਤ ਹੈਗਾ ਵਾ, 5 ਵਜੇ ਨੇ, ਕਿਉਂਕਿ ਇੱਥੇ ਸ਼ਾਮ ਨੂੰ 7 ਵਜੇ ਹੀ ਰੌਣਕ ਮੇਲਾ ਸ਼ੁਰੂ ਹੁੰਦਾ ਹੈਗਾ ਵਾ। ਅਸੀਂ ਅੰਦਰ ਵੇਖਦੇ ਚੱਲ ਕੇ ਬਬਲੂ ਪੰਜ ਤਾਰਾ ਢਾਬਾ ਜਿਹੜਾ ਹੈਗਾ ਵਾ, ਆਹ ਦੇਖੋ ਪੈਟਰੋਲ ਪੰਪ ਦੇ ਸਾਹਮਣੇ ਹੀ ਆ, ਪੈਟਰੋਲ ਪੰਪ ਦੇ ਸਾਹਮਣੇ ਹੈ, ਦੂਰ ਨਹੀਂ ਹੈਗਾ। ਅਤੇ ਆਹ ਫੌਜੀ ਮੋਟਰਸਾਈਕਲ ਵੀ ਖੜ੍ਹਾ ਵਾ, ਆਹ ਦੇਖੋ ਸਾਰੇ ਜਿਹੜੇ ਨੌਜਵਾਨ ਨੇ ਇਸ ਟਾਈਮ ਤਿਆਰੀ ਕਰ ਰਹੇ ਨੇ ਹੁਣ, ਕਿਉਂਕਿ ਸ਼ਾਮ ਨੂੰ ਇੱਥੇ ਗਾਹਕ ਆਉਂਦੇ ਨੇ ਅਤੇ ਹੁਣ ਇੱਕਦਮ ਤਿਆਰ ਬੜ ਤਿਆਰ ਨੇ। ਆਹ ਲੈ ਹੋਰ ਆ ਗਿਆ ਵੀ, ਆਹ ਪੰਜ ਤਾਰਾ ਢਾਬਾ ਦੇਖ ਬਬਲੂ ਦਾ, ਇਹ ਹੋਮ ਡਿਲੀਵਰੀ ਵੀ ਹੈਗੀ ਆ, ਜੇ ਘਰ ਬੈਠੇ ਸਰਪੰਚ ਸਾਹਿਬ, ਨੰਬਰਦਾਰ ਸਾਹਿਬ, ਘਰ ਹੀ ਮਾਲ ਮਿਲੂਗਾ। ਇੱਕ ਵਾਰ ਆਰਡਰ ਕਰੋ, ਆਹ ਫੋਨ ਕਰੋ, ਅੱਧੇ ਘੰਟੇ ਤੁਹਾਨੂੰ ਮਾਲ ਰੈਡੀ ਮਿਲੂਗਾ। ਅਲੱਗਲੇ ਪਿੰਡਾਂ 'ਚ ਤਾਂ ਇਹੀ ਜਾਂਦੇ ਨੇ ਲੈ ਕੇ। ਲੈ ਵੀ ਇੱਧਰ ਆ ਜਾਓ, ਥੋੜ੍ਹਾ ਜਿਹਾ ਹੋਰ ਵਿਖਾਈਏ ਪਿੱਛੇ, ਜਿਹੜੇ ਤੁਹਾਨੂੰ ਚੀਜ਼ ਵਿਖਾ ਲਿਆ ਅੰਦਰ ਆ ਜਾਓ, ਫਿਰ ਅੰਦਰ ਦੇਖ ਲੈਂਦੇ ਹੈਗੇ ਹਾਂ। ਹਾਂ ਅਤੇ ਆ ਚਲੋ ਆਓ ਅੰਦਰ, ਕੋਈ ਬੈਠੇ ਨੇ ਲੋਕ ਤਾਂ ਦੇਖ ਲੈਂਦੇ ਹੈਗੇ ਹਾਂ। ਆਹ ਦੇਖੋ ਜੀ ਕੁਰਸੀਆਂ ਲੱਗ ਗਈਆਂ ਨੇ, ਪੱਖੇ ਲੱਗੇ ਨੇ, ਉਹ ਸਰਦੀਆਂ 'ਚ ਤਾਂ ਨਜ਼ਾਰੇ ਕੁਛ ਹੋਰ ਹੁੰਦਾ ਵਾ। ਔਰ ਦੇਖੋ ਆਹ ਦੇਖੋ ਇੱਧਰ ਵੀ ਬਿਲਕੁਲ ਤਿਆਰੀ ਆ, ਰੈਡੀ ਫਾਰ ਤਿਆਰ ਰੈਡੀ ਆ, ਕਿਚਨ ਤਿਆਰ ਆ, ਆ ਕੁੱਕ ਵੀ ਤਿਆਰ ਆ ਅਤੇ ਕੋਲਡ ਡਰਿੰਕ ਵੀ ਤਿਆਰ ਹੈਗੀ ਆ। ਆ ਜਾਓ ਇੱਧਰ ਆ ਜਾਓ, ਉਹ ਬਰਤਨ ਵਗੈਰਾ ਵੀ ਲੈ ਵੀ ਆ ਲੈ, ਇੱਥੇ ਮੁੰਡੇ ਵੀ ਬੈਠੇ ਨੇ, ਏ ਸੀ ਵੀ ਚੱਲਦੇ ਹੈਗਾ ਵਾ, ਹੋਰ ਵੀ ਵਾਹ ਵੀ ਵਾਹ, ਕਮਾਲ ਆ ਉਸਤਾਦ, ਬਈ ਵਧੀਆ ਚੀਜ਼ ਆ ਤੇਰੀ, ਹੈ ਮਨਪ੍ਰੀਤ, ਹੈਂ ਹੋਰ ਵੀ ਕੀ ਹਾਲ ਚਾਲ ਹੈ। ਪੰਜਾਬ ਸੀ ਆ, ਖੇਤ ਖੇਤੀ ਬਚਾਓ, ਪੰਜਾਬ ਬਚਾਓ, ਦੇਸ਼ ਬਚਾਓ, ਅਤੇ ਮੈਸੇਜ ਦੇ ਰਹੇ ਨੇ ਇਹ ਕਿ ਪੰਜਾਬ ਦੇ ਜਿਹੜੇ ਨੌਜਵਾਨ ਜਾਗਣ ਅਤੇ ਪੰਜਾਬ ਦੀ ਖੇਤੀ ਨੂੰ ਬਚਾਉਣ। ਅਤੇ ਇੱਕ ਤੁਹਾਨੂੰ ਜਿਹੜੀ ਪਿੱਛੇ ਤੱਕ ਚੀਜ਼ ਦਿਖਾਉਣੀ ਹੈਗੀ, ਮੈਂ ਉਹ ਅਲੱਗ ਸੀਗੀ, ਇਹ ਤਾਂ ਤੁਹਾਨੂੰ ਵਿਖਾ ਤੇ ਜਿਹੜੇ ਨੌਜਵਾਨ ਬੈਠੇ ਸਨ, ਅਤੇ ਆ ਪਿੱਛੇ ਚੱਲਦੇ ਹਾਂ, ਜਿਹੜਾ ਆਪਾਂ ਦਿਖਾਉਂਦੇ ਜਿਹੜੀ ਨਵੀਂ ਚੀਜ਼ ਆ। ਆਹ ਲੋ ਜੀ ਅੱਗੇ ਆਉਂਦੇ ਹੈਗੇ ਆ, ਆਹ ਦੇਖੋ ਜੀ, ਉਹ ਤਾਂ ਤੁਹਾਨੂੰ ਦਿਖਾਇਆ ਅਸੀਂ ਅੰਦਰ ਬੈਠ ਕੇ ਰੈਸਟੋਰੈਂਟ। ਆਹ ਵੇਖੋ ਤੁਸੀਂ, ਕੁਰਸੀਆਂ ਲੱਗੀਆਂ ਨੇ, ਅਤੇ ਆਹ ਦੇਖੋ ਅਮਰੂਦ ਨੇ ਬਾਗ ਦੇ ਵਿੱਚ, ਨਿੰਬੂ ਲੱਗੇ ਹੋਏ ਨੇ, ਆਹ ਦੇਖੋ ਸ਼ੈੱਡ ਪਿਆ ਦਾ ਵਾ, 20 ਬੰਦੇ ਹਨ, 50-100 ਹਨ, ਗੱਡੀ ਇੱਥੇ ਖੜ੍ਹੀ ਹੋਊਗੀ, ਅਨਾਰ ਵੀ ਨੇ। ਉਸ ਤੋਂ ਬਾਅਦ ਆਹ ਵਿੱਚ ਆਹ ਦੇਖੋ ਇਹ ਮਸੂਮੀਆਂ ਨੇ, ਗਲਗਲਾਂ ਨੇ, ਨਿੰਬੂ ਆ ਜੀ, ਐਡੇ ਐਡੇ ਬੜੇ ਬਿਹਾਰੀ ਨਿੰਬੂ ਵੀ ਆ ਜੀ, ਲਓ ਜੀ ਆਹ ਬਿਹਾਰੀ ਨਿੰਬੂ ਦਿਖਾ ਦੇ ਯਾਰ, ਨਿੰਬੂ ਵੀ ਆ ਗਏ ਬਿਹਾਰ ਦੇ ਜੀ, ਲਓ ਜੀ ਆਹ ਦੇਖੋ ਤੁਸੀਂ, ਕਹਿਣ ਦਾ ਮਤਲਬ ਬਾਗ ਵੀ ਇਹਨਾਂ ਦਾ ਹੀ ਆ, ਪੰਜ ਤਾਰਾ। ਜੇ ਤੁਹਾਡਾ ਮਨ ਨਹੀਂ ਲੱਗਦਾ ਏ ਸੀ ਥੱਲੇ ਤਾਂ ਇੱਧਰ ਆ ਜਾਓ, ਆਹ ਦੇਖੋ ਕੁਰਸੀਆਂ ਵੀ ਪਈਆਂ ਨੇ, ਅਤੇ ਉਸ ਤੋਂ ਬਾਅਦ ਆਹ ਦੇਖੋ ਬਾਗ ਦਾ ਨਜ਼ਾਰਾ, ਨਿੰਬੂ ਦਾ ਜੰਗਲ ਆ ਜਾਣੀ ਕਿ ਲੱਗਿਆ ਹੋਇਆ, ਅਤੇ ਆਹ ਦੇਖੋ ਬੜਾ ਖੂਬਸੂਰਤ ਨਜ਼ਾਰਾ ਹੈਗਾ ਵਾ, ਪੰਜ ਤਾਰਾ ਬਬਲੂ ਪੰਜ ਤਾਰਾ ਰੈਸਟੋਰੈਂਟ ਢਾਬਾ, ਅਤੇ ਉਸ ਤੋਂ ਬਾਅਦ ਅੱਗੇ ਰਿਜੋਰਟ ਵੀ ਬਣ ਜੂਗਾ ਇੱਥੇ, ਕੋਈ ਗੱਲ ਨਹੀਂ, ਪਰ ਅਜੇ ਤੱਕ ਜਿਹੜਾ ਹੈਗਾ ਵਾ ਨਜ਼ਾਰਾ ਤੁਹਾਨੂੰ ਵਿਖਾਇਆ। ਤੁਸੀਂ ਵੀ ਆਓ ਅਤੇ ਖਾਣ ਪੀਣ ਦੇ ਲਈ ਸਭ ਤੋਂ ਵਧੀਆ ਇਹਨਾਂ ਕੋਲ ਇੱਥੇ
ਡਿਨਰ ਲੰਚ ਬ੍ਰੇਕਫਾਸਟ ਹੁੰਦਾ ਹੈਗਾ ਵਾ। ਅਤੇ ਮਨਪ੍ਰੀਤ ਜੀ ਤੁਸੀਂ ਹੋਰ ਦੱਸੋ ਵੀ ਤੁਹਾਡਾ ਕਿਵੇਂ, ਜਾਣੀ ਕਿ ਤੁਸੀਂ ਇੰਨਾ ਇੰਜੀਨੀਅਰਿੰਗ ਕੀਤੀ ਹੋਈ, ਇੰਨਾ ਪੜ੍ਹੇ ਲਿਖੇ ਸੀਗੇ, ਤੁਹਾਡਾ ਮਨ ਕਿਉਂ ਕੀਤਾ ਵੀ ਮੈਂ ਆਪਣੇ ਖੇਤਾਂ ਦੇ ਵਿੱਚ ਇਹ ਕੰਮ ਕਰਾਂ? ਮੈਨੂੰ ਤਾਂ ਪਹਿਲਾਂ ਤੋਂ ਜਦੋਂ ਮੈਂ ਇੰਜੀਨੀਅਰਿੰਗ ਕਰਦਾ ਸੀਗਾ ਉਦੋਂ ਵੀ ਹੋਸਟਲ ਦੇ ਕੋਲ ਇੱਕ ਢਾਬਾ ਹੁੰਦਾ ਸੀਗਾ, ਮੈਂ ਉੱਥੇ ਬਹਿ ਕੇ ਮੇਰਾ ਇਹ ਹੁੰਦਾ ਹੁੰਦਾ ਸੀ ਵੀ ਕਦੇ ਨਾ ਕਦੇ ਆਪਣਾ ਇਹੀ ਕੰਮ ਖੋਲਾਂਗੇ। ਅੱਛਾ, ਉਹਦਾ ਘਰਦਿਆਂ ਨੇ ਭੇਜਤਾ ਕਿ ਇੰਜੀਨੀਅਰਿੰਗ ਕਰ, ਪਰ ਜਿਹੜੇ ਬੰਦੇ ਦਾ ਦਿਲ ਕਰਦਾ ਵੀ ਮੇਰਾ ਦਿਲ ਹੀ ਸੀਗਾ ਵੀ ਮੈਂ ਇਹੀ ਕੰਮ ਕਰਾਂ, ਅਤੇ ਮੇਰੇ ਕੋਲ ਬੈਸਟ ਮੈਂ ਜ਼ਿਆਦਾ, ਕਿਉਂਕਿ ਜਿਹੜਾ ਸਭ ਤੋਂ ਆਪਣੇ ਇੰਡੀਆ ਦੇ ਵਿੱਚ ਇੱਕ ਚੀਜ਼ ਦੇ ਉੱਤੇ ਧਿਆਨ ਨਹੀਂ ਦਿੰਦੇ, ਸਭ ਤੋਂ ਜ਼ਿਆਦਾ ਖਤਰਨਾਕ ਫੂਡ ਜਿਹੜਾ ਹੈਗਾ ਉਹ ਮੀਟ ਹੁੰਦਾ, ਚਿਕਨ ਹੁੰਦਾ ਆ, ਜਿਹਨੂੰ ਜੇ ਉਹਦੀ ਤੁਸੀਂ ਸਾਂਭ ਸੰਭਾਲ ਨਾਲ ਨਾ ਬਣਾਇਆ ਜਾਵੇ ਅਤੇ ਜੇ ਉਹਨੂੰ ਰਫ ਯੂਜ਼ ਕੀਤਾ ਜਾਵੇ ਜਿੱਦਾਂ ਆਪਣਾ ਰੇਹੜੀਆਂ ਰੂੜੀਆਂ 'ਤੇ ਮਿਲਦਾ, ਅਤੇ ਸਭ ਤੋਂ ਜ਼ਿਆਦਾ ਇਹਨੂੰ ਕੀ ਕਹਿੰਦੇ ਆ, ਡੇਂਜਰਸ ਫੂਡ, ਟੌਕਸਿਨ ਸਭ ਤੋਂ ਛੇਤੀ ਹੋਣ ਵਾਲਾ, ਸਭ ਤੋਂ ਛੇਤੀ ਜੇ ਖਰਾਬ ਹੋਣ ਵਾਲਾ ਚਿਕਨ ਹੁੰਦਾ ਆ, ਉਹ ਚਿਕਨ ਜਿਹੜਾ ਹੈਗਾ ਆ ਮੈਂ ਇਹ ਕਰਦਾ ਵੀ ਇਹ ਨਿੰਬੂ ਲਾਈ ਇਸ ਕਰਕੇ ਨੇ ਵੀ ਇੱਥੇ ਕੀ ਕਹਿੰਦੇ ਵੀ ਨਿੰਬੂਆਂ ਨਾਲ ਧੋਵਾਂ, ਧੋ ਕੇ ਚਿਕਨ ਨੂੰ ਮਤਲਬ ਨਿੰਬੂਆਂ ਨਾਲ ਧੋ ਕੇ ਅਤੇ ਤਾਂ ਉਹਨੂੰ ਰੱਖਦੇ ਹਾਂ, ਵਧੀਆ ਤਰੀਕੇ ਨਾਲ ਫਿਰ ਬਣਾਉਂਦੇ ਆ, ਉਹਦਾ ਟੇਸਟ ਵੀ ਬਹੁਤ ਵਧੀਆ ਹੁੰਦਾ, ਹਰ ਚੀਜ਼ ਦੀ ਵਰਾਇਟੀ ਹੈ ਮੇਰੇ ਕੋਲ। ਅੱਛਾ ਜੀ, ਦੇਖੋ ਕਹਿਣ ਦਾ ਮਤਲਬ ਆ ਵੀ ਜਿਹੜਾ ਮੀਟ ਆ ਜਿਹੜਾ ਤੁਸੀਂ ਆਮ ਖਾਂਦੇ ਹੋ ਉਹ ਜਿੱਦਾਂ ਤਿਆਰ ਕਰਦੇ ਨੇ ਉੱਦਾਂ ਨਹੀਂ, ਜਿਹੜਾ ਤਰੀਕੇ ਨਾਲ ਤਿਆਰ ਕਰਨਾ ਚਾਹੀਦਾ ਵਾ। ਮਨਪ੍ਰੀਤ ਜੀ ਕਹਿੰਦੇ ਜੇ ਉੱਦਾਂ ਨਹੀਂ ਤਿਆਰ ਕਰਦੇ ਤਾਂ ਬਹੁਤ ਜਲਦੀ ਖਰਾਬ ਹੁੰਦਾ ਅਤੇ ਤੁਹਾਡੇ ਸਰੀਰ ਨੂੰ ਹਾਨੀ ਵੀ ਪਹੁੰਚਾ ਸਕਦਾ ਹੈਗਾ ਵਾ। ਉਹ ਸਭ ਤੋਂ ਜ਼ਿਆਦਾ ਵਿਕਦਾ ਜਿਹੜਾ ਤੁਹਾਡਾ ਆਈਟਮ ਇਹੀ ਆ? ਹਾਂ, ਮੇਰੀ ਚਿਕਨ ਹੀ, ਮੇਰਾ ਪਕੌੜਾ, ਮੇਰਾ ਚਿਕਨ ਪਕੌੜਾ ਔਰ ਦੂਜਾ ਚਿਕਨ ਚਿੱਲੀ ਔਰ ਤੰਦੂਰ ਦੀਆਂ ਸਾਰੀਆਂ ਆਈਟਮਾਂ ਮੇਰੀਆਂ ਇੰਨੀਆਂ ਵਧੀਆ ਹੁੰਦੀਆਂ ਜੀ, ਦੂਰ ਦੂਰ ਆਉਂਦੇ ਲੋਕ, ਦੂਰ ਮਤਲਬ ਲੁਧਿਆਣੇ ਤੋਂ, ਨਵੇਂ ਸ਼ਹਿਰ ਤੋਂ, ਕੀ ਹੁਣੀ ਤੁਸੀਂ ਰਾਹੋਂ ਤੋਂ ਆਏ ਹੋ, ਇੱਥੋਂ ਦੇ ਮੇਰੇ ਪੱਕੇ ਰੁਕ ਕੇ ਜਾਂਦੇ ਨੇ ਜੀ, ਆਪਣੇ ਕੋਲ ਸ਼ਾਮ ਨੂੰ ਪੂਰਾ ਮੇਲਾ ਲੱਗਿਆ ਲੱਗਦਾ ਇੱਥੇ। ਬਿਲਕੁਲ, ਧੰਨਵਾਦ ਜੀ। ਟੈਟੂ ਬਣੇ ਹੋਏ ਨੇ ਮੁੰਡੇ ਦੇ ਬਾਹਾਂ ਦੇ ਉੱਤੇ ਅਤੇ ਪਰਸਨੈਲਿਟੀ, ਅਤੇ ਅੱਜ ਪੰਜ ਤਾਰਾ ਹੋਟਲ 'ਤੇ ਆਏ ਨੇ ਕੁਛ ਖਾਣ ਪੀਣ ਲਈ, ਬਈ ਐਂ ਦੱਸ ਵੀ ਕੀ ਖਾਧਾ ਅਤੇ ਕੀ ਮਜ਼ਾ ਆਇਆ ਤੁਹਾਨੂੰ? ਭਾਅ ਜੀ ਅਸੀਂ ਇੱਦਾਂ ਨਾ ਜਦੋਂ ਕਿਤੇ ਖਾਣਾ ਪੀਣਾ ਦਾ, ਰੋਟੀ ਪਾਣੀ ਖਾਣਾ ਜਾਂ ਕੁਛ ਵੀ ਉੱਦਾਂ ਕੋਈ ਆਪਣੇ ਗੈਸਟ ਆਉਂਦਾ, ਪੈਗ ਪੁੱਗ ਇਹੀ ਲਵਾਉਣ, ਇੱਥੇ ਹੀ ਲੈ ਕੇ ਆਈਦਾ ਆ। ਅੱਛਾ ਅੱਛਾ ਭਾਅ ਜੀ, ਉਹਨਾਂ ਦਾ ਫਰਾਈ ਚਿਕਨ ਹੋ ਗਿਆ, ਜਿਹੜੇ ਵੀ ਮਰਜ਼ੀ ਟਾਈਪ ਦਾ ਚਿਕਨ ਲੈ ਲਓ, ਜਾਣੀ ਕਿ ਵਧੀਆ ਹੁੰਦਾ, ਤਾਜ਼ਾ ਹੁੰਦਾ ਆ ਅਤੇ ਵਧੀਆ ਬਣਾਉਂਦੇ ਆ। ਅਸੀਂ ਇੱਥੋਂ ਇਹ ਕੰਮ ਤੋਂ ਕੰਮ ਤਿੰਨ ਚਾਰ ਕੁ ਸਾਲ ਤਾਂ ਹੋ ਗਿਆ ਸਾਨੂੰ ਆਉਂਦੇ। ਅੱਛਾ ਅੱਛਾ, ਹਾਂ, ਘਰੋਂ ਵੀ ਸਾਨੂੰ ਚੰਗੀ ਤਰ੍ਹਾਂ ਜਾਣਦੇ ਆ। ਅੱਛਾ, ਅਤੇ ਇੱਥੇ ਹੀ ਆਈਦਾ ਜੀ। ਉਹ ਦੇਖੋ ਕਹਿੰਦੇ ਇੰਨਾ ਵਧੀਆ ਹੁੰਦਾ ਨਾ ਇਹਨਾਂ ਦਾ ਜਿਹੜਾ ਆ ਜਿਹੜਾ ਚਿਕਨ ਵਗੈਰਾ ਹੁੰਦਾ ਕਿ ਕਹਿੰਦੇ ਸਾਨੂੰ ਨਜ਼ਾਰਾ ਆ ਜਾਂਦਾ ਜਦੋਂ ਵੀ ਆਏ ਤਾਂ ਮਲਾਈ ਚਿਕਨ ਹੁੰਦਾ ਕਹਿੰਦੇ ਵੀ। ਇੱਥੇ ਹੋਰ ਸ਼ਾਮ ਤੱਕ ਦੇ ਤੁਹਾਡੇ ਸਾਹਮਣੇ ਰਸ਼ ਪੈਣਾ ਜੀ, ਬੈਠਣ ਥਾਂ ਨਹੀਂ ਹੁੰਦੀ, ਬੈਠਣ ਥਾਂ ਨਹੀਂ ਮਿਲਣੀ। ਹਾਂਜੀ, ਇੱਥੇ ਹੋਰ 6-7 ਵਜੇ ਤੋਂ ਬਾਅਦ ਇੱਥੇ ਰਸ਼ ਪੈ ਜਾਂਦਾ, ਗੱਡੀਆਂ ਖੜੀਆਂ ਨੇ ਸਾਰੇ, ਜਾਣੀ ਕਿ ਲਗਭਗ ਏਰੀਆ ਤਾਂ ਵਧੀਆ ਇਹੀ ਆ, ਸਾਡੇ ਘਰੇ ਵਾਲੇ ਲੁਧਿਆਣੇ ਵਾਲੇ ਵੀ ਇੱਥੇ ਖਾਣਾ ਇੱਥੇ। ਹਾਂਜੀ, ਇੱਥੇ ਹੀ ਆਉਂਦੇ ਆ, ਇੱਥੋਂ ਫਲੋਰ ਤੋਂ ਪਰੇ ਤੱਕ ਜਿੱਦਾਂ ਜਾਣੀ ਕਿ ਕੋਈ ਹੈ ਨਹੀਂ ਹੈਗਾ ਵੀ ਇਹੀ ਹੈ ਜਾਣੀ ਕਿ। ਹਾਂਜੀ, ਬਾਕੀ ਇੱਥੇ ਜਾਈਦਾ ਵੀ ਆ, ਕੋਈ ਬੇਹਾ ਜਿੰਨਾ ਕੋਈ ਟੇਸਟ ਦਾ ਪਤਾ ਲੱਗ ਜਾਂਦਾ ਹੈਗਾ ਬੇਹਾ ਜਿਹੜਾ ਹੁੰਦਾ। ਹਾਂਜੀ ਹਾਂਜੀ, ਟੇਸਟ ਹਾਂਜੀ ਹਾਂਜੀ, ਬਸ ਇਹ ਚੀਜ਼ਾਂ ਜਿੱਦਾਂ ਹੁਣ ਮੁਰਗਾ ਇੱਦਾਂ ਮਰਿਆ ਦੇਣ ਦੇ ਆ, ਉਹ ਬੰਦੇ ਨੂੰ ਪਤਾ ਤਾਂ ਲੱਗੇ ਜਾਂਦਾ ਜੀ, ਇੱਦਾਂ ਵੀ ਇੱਦਾਂ ਫਰੈਸ਼ ਚੀਜ਼ ਹੁੰਦੀ ਆ, ਨਿੰਬੂ ਨਾਲ ਧਵਾ ਕੇ। ਹਾਂਜੀ, ਕੁਆਲਿਟੀ ਵੀ ਵਧੀਆ ਹੁੰਦੀ ਆ, ਫਿਰ ਕੁਆਂਟਿਟੀ ਵੀ ਜ਼ਿਆਦਾ ਦਿੰਦੇ ਆ ਬਾਕੀ ਨਾਲ। ਹਾਂਜੀ ਹਾਂਜੀ ਹਾਂਜੀ।